ਜਗਜੀਤ ਸਿੰਘ ਡਲ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਨਰੈਣ ਹੋਮਿਓਪੈਥੀ ਬੁਲਟੋਆ ਵਿਖੇ। ਸਾਡੇ ਨਾਲ ਡਾਕਟਰ ਨਰੈਣ ਸਿੰਘ ਜੀ ਮੌਜੂਦ ਆ, ਜਿਹੜੇ ਕਿ ਇੱਥੇ ਕਾਫੀ ਫੇਮਸ ਹਨ, ਅਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਾਲਾ ਪੀਲੀਆ ਅਤੇ ਜਿਹੜੇ ਲਿਵਰ ਖਰਾਬ ਹੋ ਰਹੇ ਆ ਉਹਨਾਂ ਦੇ ਬਾਰੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਸ ਡਲ ਟੀਵੀ ਨਿਊਜ਼ 'ਤੇ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਆਪਣਾ ਮੋਬਾਈਲ ਨੰਬਰ ਅਤੇ ਆਪਣਾ ਨਾਮ ਜਿਹੜੇ ਸਾਡੇ ਦਰਸ਼ਕਾਂ ਨਾਲ ਤੁਸੀਂ। ਹਾਂਜੀ, ਮੈਂ ਡਾਕਟਰ ਨਰਾਇਣ ਸਿੰਘ ਬੋਲ ਰਿਹਾ ਜੀ, ਹੋਮਿਓਪੈਥਿਕ ਦਾ ਕਲੀਨਿਕ ਆਪਾਂ ਰਨ ਕਰ ਰਹੇ ਹਾਂ। ਮੇਰਾ ਮੋਬਾਈਲ ਨੰਬਰ ਹੈਗਾ 9877684801, 9877684801। ਡਾਕਟਰ ਸਾਹਿਬ, ਸਭ ਤੋਂ ਵੱਡੀ ਜਿਹੜੀ ਸਮੱਸਿਆ ਇਸ ਖੇਤਰ ਦੀ ਬਣ ਚੁੱਕੀ ਆ ਲਿਵਰ ਦੀ, ਲਿਵਰ ਦੀ ਇੱਕ ਇਹੋ ਜਿਹੀ ਸਮੱਸਿਆ ਬਣ ਚੁੱਕੀ ਆ, ਅੰਗਰੇਜ਼ੀ ਦਵਾਈਆਂ ਖਾਣ ਦੇ ਬਾਵਜੂਦ ਵੀ ਜਿਹੜੇ ਮਰੀਜ਼ਾਂ ਨੂੰ ਕੋਈ ਰਾਹਤ ਨਹੀਂ ਮਿਲਦੀ, ਤੇ ਦਵਾਈ ਵੀ ਜਿਹੜੀ ਉਹ ਕਾਫੀ ਮਹਿੰਗੀ ਆ। ਵੱਡੇ ਹਸਪੀਟਲਾਂ ਦੇ ਵਿੱਚ ਕਈ ਤਾਂ ਜਿਹੜਾ ਇਲਾਜ ਕਰਵਾ ਕਰਵਾ ਥੱਕ ਚੁੱਕੇ ਆ, ਤੇ ਕਈ ਜਿਹੜੇ ਆ ਇਸ ਬਿਮਾਰੀ ਨਾਲ ਰੱਬ ਨੂੰ ਪਿਆਰੇ ਹੀ ਹੋ ਗਏ ਆ। ਹਾਂਜੀ, ਤੇ ਹੋਮਿਓਪੈਥੀ ਦੇ ਵਿੱਚ ਇਹਦਾ ਕੀ ਇਲਾਜ ਆ ਸਾਡੇ ਜਿਹੜਾ ਉਹ ਦਰਸ਼ਕਾਂ ਨੂੰ ਦੱਸਿਆ ਜਾਵੇ? ਭਾਈ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸਣਾ, ਜਿਹੜਾ ਹੋਮਿਓਪੈਥੀ ਦੇ ਵਿੱਚ ਲੀਵਰ ਦਾ ਸਭ ਤੋਂ ਬੈਸਟ ਇਲਾਜ ਆ। ਜਿਵੇਂ ਮੰਨ ਲਓ ਤੁਸੀਂ ਹੁਣ ਲੀਵਰ ਤੇ ਦਰਦ ਹੋ ਰਹੀ ਆ, ਜਾਂ ਮੰਨ ਲਓ ਕੋਈ ਪ੍ਰੋਬਲਮ, ਆਪਾਂ ਪੇਨ ਕਿਲਰ ਵੀ ਖਾ ਰਹੇ ਆ ਜ਼ਿਆਦਾ, ਜਿਹੜੇ ਜ਼ਿਆਦਾ ਬੰਦੇ ਪੇਨ ਕਿਲਰ ਖਾਂਦੇ ਉਹਨਾਂ ਨੂੰ ਵੀ ਲੀਵਰ ਨੂੰ ਪ੍ਰੋਬਲਮ ਆਉਂਦੀ, ਜ਼ਿਆਦਾ ਅਲਕੋਹਲ ਪੀਣ ਦੇ ਨਾਲ ਵੀ ਆਉਂਦੀ ਆ, ਜਿਵੇਂ ਜ਼ਿਆਦਾ ਫੈਟੀ ਚੀਜ਼ਾਂ ਖਾਣ ਦੇ ਨਾਲ, ਜਿਵੇਂ ਮੰਨ ਲਓ ਆਪਾਂ ਫਰਾਈਡ ਖਾਣਾ ਖਾਂਦੇ ਆ, ਜ਼ਿਆਦਾ ਚਾਹ ਪੀਣ ਦੇ ਨਾਲ, ਇਹ ਸਾਰੀਆਂ ਚੀਜ਼ਾਂ ਲੀਵਰ ਨੂੰ ਖਰਾਬ ਕਰਦੀਆਂ। ਮੇਨ ਆਪਣੇ ਲੀਵਰ ਦਾ ਕੰਮ ਇਹ ਹੁੰਦਾ ਵਾ ਵੀ ਆਪਣੀ ਬੋਡੀ ਦਾ ਜੋ ਆਪਾਂ ਖਾਧਾ ਪੀਤਾ ਉਹਨੂੰ ਡਿਜੈਸਟ ਕਰਨਾ ਤੇ ਬੋਡੀ ਨੂੰ ਡਿਟੋਕਸੀਫਾਈ, ਸਾਫ਼ ਸੁਥਰਾ ਕਰਨਾ। ਤੇ ਜਿਵੇਂ ਲੀਵਰ ਦੀਆਂ ਬਿਮਾਰੀਆਂ ਲਾ ਲਓ ਤੁਸੀਂ, ਜਿਵੇਂ ਸਿਰੋਸਿਸ ਲਾ ਲਓ, ਮਤਲਬ ਅਸਾਈਡਸ ਲਾ ਲਓ, ਮਤਲਬ ਜਿਵੇਂ ਲੀਵਰ ਖਰਾਬ ਹੋ ਗਿਆ, ਫੈਟੀ ਲੀਵਰ ਜਿਵੇਂ ਪੰਜਾਬੀ 'ਚ ਕਹਿ ਦਿੰਦੇ ਆ, ਫੈਟੀ 'ਚ ਚਰਬੀ ਜੰਮ ਗਈ ਲੀਵਰ ਦੇ ਉੱਤੇ, ਇਹ ਬਿਮਾਰੀਆਂ ਵਾ ਲੀਵਰ ਦੇ ਵਿੱਚ, ਜਿਵੇਂ ਇਹ ਅਗਲੀਆਂ ਕੰਡੀਸ਼ਨਾਂ, ਫਿਰ ਦਰਦ ਹੋਣ ਲੱਗ ਜਾਣੀ, ਪੇਟ 'ਚ ਪਾਣੀ ਭਰ ਜਾਣਾ ਵਾ, ਮਤਲਬ ਖਾਧਾ ਪੀਤਾ ਨਾ ਪਚਣਾ, ਬੰਦੇ ਨੇ ਸਾਰਾ ਦਿਨ ਕਮਜ਼ੋਰ ਕਮਜ਼ੋਰ ਮਹਿਸੂਸ ਕਰਨਾ, ਇਹ ਉਹਦੇ ਲੱਛਣ ਆ ਜਾਂਦੇ ਆ ਜੀ। ਜੇ ਤੁਹਾਨੂੰ ਇਹ ਲੱਛਣ ਮਿਲਦੇ ਆ ਤਾਂ ਤੁਸੀਂ ਆਪਦੇ ਲੀਵਰ ਦੇ ਟੈਸਟ ਕਰਾ ਕੇ, ਲੀਵਰ ਫੰਕਸ਼ਨਿੰਗ ਟੈਸਟ LFT ਕਰਵਾ ਕੇ, ਤੁਸੀਂ ਜ਼ਰੂਰ ਆਪਣੇ ਨੇੜੇ ਦੇ ਹੋਮਿਓਪੈਥੀ ਡਾਕਟਰ ਨੂੰ ਵਿਖਾ ਸਕਦੇ ਜੇ, ਜਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੇ। ਹੋਮਿਓਪੈਥੀ ਦੇ ਵਿੱਚ ਬਹੁਤ ਵਧੀਆ ਇਹਦਾ ਇਲਾਜ ਆਪਾਂ ਕਰ ਰਹੇ ਹਾਂ। ਡਾਕਟਰ ਸਾਹਿਬ, ਸਭ ਤੋਂ ਜਿਹੜਾ ਇੱਕ ਮੁੱਖ ਲੱਛਣ ਹੈ ਉਹ ਦੱਸੋ। ਸਭ ਤੋਂ ਪਹਿਲਾਂ ਮੁੱਖ ਲੱਛਣ ਹੈ ਜਿਵੇਂ ਲੀਵਰ ਖਰਾਬ ਹੋਣਾ, ਉਹਦੇ ਭੁੱਖ ਨਾ ਲੱਗਣਾ, ਠੀਕ ਹੈ, ਭੁੱਖ ਨਹੀਂ ਲੱਗਦੀ, ਬੰਦਾ ਸਾਰਾ ਦਿਨ ਥੱਕਿਆ ਮਹਿਸੂਸ ਕਰਦਾ, ਬੰਦੇ ਦੇ એનર્ਜੀ ਲੈਵਲ ਡਾਊਨ ਰਹਿੰਦੇ ਆ ਜੀ, ਇਹ ਸਭ ਤੋਂ ਪਹਿਲਾ ਲੱਛਣ ਆਉਣ ਲੱਗ ਜਾਂਦਾ। ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਕਹਿ ਲਈਏ ਕਿ ਜੇ ਆਪਣਾ ਲਿਵਰ ਖਰਾਬ ਹੈ ਤੇ ਇਹਦੇ ਨਾਲ ਹੋਰ ਵੀ ਬਿਮਾਰੀਆਂ ਹੋ ਸਕਦੀਆਂ ਬਹੁਤ ਜ਼ਿਆਦਾ ਜੀ। ਮੇਰੇ ਕੋਲ ਮੇਨ ਕੰਮ ਹੀ ਲੀਵਰ ਦਾ ਜੀ, ਮੁੜ ਕੇ ਉਹ ਤੋਂ ਬਾਅਦ ਪਹਿਲਾਂ ਖੱਟਾ ਪੀਲੀਆ ਹੋਊਗਾ, ਫਿਰ ਕਾਲਾ ਪੀਲੀਆ, ਇਹ HBC ਪੀਲੀਆ ਵੱਧ ਜਾਂਦੇ ਆ, ਤੇ ਜੇ ਆਪਾਂ ਇਹਨਾਂ ਨੂੰ ਨਹੀਂ ਕਿਓਰ ਕਰਦੇ ਤੇ ਇੱਥੋਂ ਤੱਕ ਕਿ ਬੰਦੇ ਦੀ ਜਾਨ ਲੇਵਾ ਹਮਲਾ ਵੀ ਕਰਦੇ ਬੰਦੇ ਤੇ। ਹੋਮਿਓਪੈਥੀ ਦੇ ਵਿੱਚ ਇਹਦਾ ਸਭ ਤੋਂ ਜਿਹੜਾ ਕੀ ਸਰਲ ਇਲਾਜ ਕੀ ਇਹਦਾ? ਹੋਮਿਓਪੈਥੀ ਦੇ ਵਿੱਚ ਭਾਜੀ ਵੇਖੋ, ਆਪਾਂ ਵੇਖਣਾ ਪੈਂਦਾ ਵਾ ਵੀ ਲੀਵਰ ਖਰਾਬ ਕਿਉਂ ਹੋ ਰਿਹਾ, ਜ਼ਿਆਦਾ ਬੰਦੇ ਨੇ ਚਾਹ ਪੀਤੀ ਹੈ ਤਾਂ ਖਰਾਬ ਹੋ ਰਿਹਾ, ਜ਼ਿਆਦਾ ਸ਼ਰਾਬ ਪੀਣ ਨਾ ਹੋ ਰਿਹਾ ਵਾ, ਜ਼ਿਆਦਾ ਦਵਾਈਆਂ ਖਾਣ ਨਾ ਹੋ ਰਿਹਾ, ਜਾਂ ਉਹਨੇ ਬਾਹਰ ਦਾ ਹੀ ਖਾਣਾ ਜ਼ਿਆਦਾ ਖਾਂਦਾ ਰਿਹਾ, ਜਾਂ ਬਾਹਰ ਜਿਵੇਂ ਟਰੈਵਲਿੰਗ ਦਾ ਕੰਮ ਜ਼ਿਆਦਾ ਸੀ ਉਹ ਖਾਣਾ ਖਾਂਦਾ ਰਿਹਾ, ਮਤਲਬ ਆਪਾਂ ਉਹਦਾ ਕਾਜ਼ ਲੱਭਾਂਗੇ, ਕਾਰਨ ਲੱਭ ਕੇ ਹੀ ਆਪਾਂ ਉਹਨੂੰ ਠੀਕ ਕਰਾਂਗੇ। ਕਿੰਨਾ ਟਾਈਮ ਇਹਦੀ ਹੋਮਿਓਪੈਥੀ ਜਿਹੜੀ ਉਹ ਦਵਾਈ ਯੂਜ਼ ਕਰਨੀ? ਭਾਜੀ ਇਹ ਵੇਖਣਾ ਪਊਗਾ ਕਿ ਉਹਦਾ ਲੀਵਰ ਦੇ ਟੈਸਟ ਕਰਾਉਣ ਤੋਂ ਬਾਅਦ ਪਤਾ ਲੱਗੂਗਾ ਆਪਾਂ ਨੂੰ ਕਿ ਉਹਨੂੰ ਪ੍ਰੋਬਲਮ ਕਿੰਨੇ ਪਰਸੈਂਟ, ਮੰਨ ਲਓ OTPD 100 ਦੇ ਲੱਗ ਗਿਆ, 200 ਦੇ ਲੱਗ ਗਿਆ, 300 ਦੇ ਲੱਗ ਗਿਆ, ਉਹਦੀਆਂ ਰਿਪੋਰਟਸ ਵੇਖ ਕੇ ਆਪਾਂ ਜਲਦੀ ਤੋਂ ਜਲਦੀ ਉਹਨੂੰ ਆਪਾਂ ਉਹਨਾਂ ਟਾਈਮ ਦੱਸ ਸਕਦੇ ਹਾਂ ਕਿ ਹਾਂ ਵੀ ਤੇਰੀ ਇੰਨੇ ਚਿਰ 'ਚ ਰਿਕਵਰੀ ਹੋਊਗੀ, ਤੇ ਉਨੇ ਚਿਰ 'ਚ ਰਿਕਵਰੀ ਹੋ ਵੀ ਜਾਂਦੀ ਹੈ, ਮੰਨ ਲਓ ਜੇ 2 ਮਹੀਨੇ ਤਾਂ 2 ਮਹੀਨੇ 'ਚ ਰਿਕਵਰੀ ਹੋ ਜਾਊਗੀ।
ਕੋਈ ਤੁਹਾਡੇ ਕੋਲ ਕਿੰਨੇ ਜਿਹੜੇ ਮਰੀਜ਼ ਆਉਂਦੇ ਇਸ ਬਿਮਾਰੀ ਨਾਲ? ਆਪਣੇ ਕੋਲ ਭਾਜੀ ਸਭ ਤੋਂ ਜ਼ਿਆਦਾ ਆਪਣੇ ਏਰੀਏ ਦੇ ਵਿੱਚ, ਅਸੀਂ ਤਾਂ ਹੀ ਅੱਜ ਇਹ ਟੋਪਿਕ ਸੀਗਾ ਕਿ ਸਭ ਤੋਂ ਜ਼ਿਆਦਾ ਪੇਸ਼ੈਂਟ ਹੀ ਆਪਣੇ ਕੋਲ ਲੀਵਰ ਦੇ ਆ ਰਹੇ ਆ, ਜਿਵੇਂ ਦਰਦ ਹੋ ਰਹੀ ਲੀਵਰ ਤੇ ਉੱਤੇ, ਖਾਣਾ ਨਹੀਂ ਬਚਣਾ, ਗੈਸ ਬਣਨੀ, ਖਾਧਾ ਪੀਤਾ ਨਹੀਂ ਬਚਿਆ, ਮਤਲਬ ਜਦੋਂ ਲੀਵਰ ਖਰਾਬ ਹੋ ਗਿਆ ਫਿਰ ਕਬਜ਼ ਰਹਿਣ ਲੱਗ ਜਾਣੀ ਆ, ਫਿਰ ਕਬਜ਼ ਤੋਂ ਗਾਂ ਪਵਾ ਸਰੀਰ ਦੀ ਪ੍ਰੋਬਲਮ, ਮਤਲਬ ਮੇਨ ਜੜ ਜਿਹੜੀ ਉਹ ਲੀਵਰ ਦੀ ਆ, ਤੇ ਇਹਦੇ ਬਹੁਤ ਜ਼ਿਆਦਾ ਪੇਸ਼ੈਂਟ ਆਪਣੇ ਏਰੀਏ ਦੇ ਵਿੱਚ ਚੱਲ ਰਿਹਾ, ਕਿਉਂਕਿ ਆਪਣੇ ਏਰੀਏ ਦਾ ਪਾਣੀ ਵੀ ਜ਼ਿਆਦਾ ਬੈਸਟ ਨਹੀਂ ਹੈਗਾ, ਕੈਮੀਕਲ ਵਗੈਰਾ ਆਪਾਂ ਜਿਹੜੇ ਯੂਜ਼ ਕਰਦੇ ਹਾਂ ਜਿਵੇਂ ਦਵਾਈਆਂ ਪਾਉਣੇ ਆ, ਉਹਨਾਂ ਚੀਜ਼ਾਂ ਦਾ ਬੜਾ ਜ਼ਿਆਦਾ ਇਫੈਕਟ ਪੈਂਦਾ ਵਾ। ਇੱਕ ਜਿਹਨੂੰ ਕਹਿ ਦਿੰਦੇ ਆ ਕਿ ਸਾਡਾ ਲੀਵਰ ਵੱਧ ਗਿਆ, ਉਹ ਵੀ ਇਹਦੇ ਵਿੱਚ ਹੀ ਆਉਂਦਾ? ਹਾਂਜੀ ਹਾਂਜੀ, ਉਹਨੂੰ ਫੈਟੀ ਲੀਵਰ ਕਹਿ ਦਿੰਦੇ, ਜਿਵੇਂ ਲੀਵਰ ਤੇ ਸੋਜ ਪੈ ਗਈ ਕਹਿੰਦੇ ਆ, ਉਹਨੂੰ ਫੈਟੀ ਲੀਵਰ ਕਹਿੰਦੇ, ਉਹ ਸਭ ਤੋਂ ਪਹਿਲੀ ਕੰਡੀਸ਼ਨ ਆ ਲੀਵਰ ਖਰਾਬ ਹੋਣ ਦੀ, ਕਿ ਤੁਹਾਡਾ ਲੀਵਰ ਖਰਾਬ ਹੋਣਾ ਸ਼ੁਰੂ ਹੋਣ ਲੱਗਾ ਵਾ, ਤੇ ਤੁਸੀਂ ਇਹਦਾ ਪ੍ਰੋਪਰ ਦਵਾਈ ਕਰਾਓ। ਕੋਈ ਦੱਸ ਸਕਦੇ ਹੋ ਇੱਕ ਦੋ ਜਿਹੜੀਆਂ ਦਵਾਈਆਂ ਇਹ ਹੋਮਿਓਪੈਥੀ? ਹਾਂਜੀ, ਹੋਮਿਓਪੈਥੀ ਦੇ ਵਿੱਚ ਇੱਕ ਚੈਲੀਡੋਨੀਅਮ ਦਵਾਈ ਆਉਂਦੀ ਆ ਜੀ, ਕਾਰਡਸ ਆਉਂਦੀ ਆ ਜੀ, ਦੇਖੋ ਮੈਂ ਤੁਹਾਨੂੰ ਇੱਕ ਦਵਾਈ ਦਿਖਾ ਦਿੰਦਾ ਜੀ, ਆਹ ਦਵਾਈ, ਆਹ ਦਵਾਈ ਜਿਹੜੀ ਹੋਮਿਓਪੈਥੀ ਦੀ ਚੈਲੀਡੋਨੀਅਮ ਦਵਾਈ ਆ, ਇਹ ਜਿਹੜੀ ਆ ਸਭ ਤੋਂ ਵਧੀਆ ਲੀਵਰ ਦੇ ਉੱਤੇ ਕੰਮ ਕਰਦੀ ਆ, ਪੀਲੀਆ ਹੋਵੇ, ਖਾਧਾ ਪੀਤਾ ਨਾ ਪਚਦਾ ਹੋਵੇ, ਜਾਂ ਬੰਦੇ ਨੂੰ ਕੋਈ ਵੀ ਲੀਵਰ ਦੀ ਪ੍ਰੋਬਲਮ, ਇਹਦੀਆਂ ਬੂੰਦਾਂ ਪੀਂਦਾ ਰਹੂਗਾ ਬੰਦਾ ਤੇ ਬੰਦੇ ਨੂੰ ਕਦੀ ਕੋਈ ਪ੍ਰੋਬਲਮ ਨਹੀਂ ਆਊਗੀ ਜੀ। ਮੁਸ਼ਕਿਲ ਕੀ ਆ ਰਹੀ ਆ ਉਹਦੇ ਹਿਸਾਬ ਨਾਲ ਉਹਦੀ ਦਵਾਈ ਹੁੰਦੀ ਆ, ਮਤਲਬ ਉਹਨੂੰ ਭੁੱਖ ਨਹੀਂ ਲੱਗ ਰਹੀ, ਗੈਸ ਜ਼ਿਆਦਾ ਬਣ ਰਹੀ, ਜਾਂ ਤੰਗੀ ਕੀ ਆ ਰਹੀ, ਜਦੋਂ ਉਹਨੂੰ ਜਿਹੜੀ ਤੰਗੀ ਜ਼ਿਆਦਾ ਆ ਰਹੀ ਆਪਾਂ ਉਹਦੀ ਰਾਹਤ ਦੇਣ ਦੀ ਉਹਨੂੰ ਉਸ ਹਿਸਾਬ ਨਾਲ ਮੈਡੀਸਨ ਦੇਵਾਂਗੇ। ਸਭ ਤੋਂ ਬੈਸਟ ਵੀ ਆ ਵਿਦ ਨੋ ਸਾਈਡ ਇਫੈਕਟ, ਇਹਦਾ ਮੇਨ ਬੈਨੀਫਿਟ ਆ ਕਿ ਤੁਹਾਨੂੰ ਕੋਈ ਸਾਈਡ ਇਫੈਕਟ ਨਹੀਂ ਕਰਨਾ। ਮੰਨ ਲਓ ਐਲੋਪੈਥੀ ਦੇ ਵਿੱਚ ਤੁਸੀਂ ਲਓਗੇ ਤਾਂ ਉਹਨੇ ਤੁਹਾਨੂੰ ਨਾਲ ਇੱਕ ਚੀਜ਼ ਠੀਕ ਕਰਕੇ ਦੂਜੀ ਚੀਜ਼ ਨੂੰ ਪ੍ਰੋਬਲਮ ਵੀ ਕਰਨੀ ਆ, ਸਾਈਡ ਇਫੈਕਟ ਕਰੂਗੀ, ਬਟ ਇਹਦਾ ਕੋਈ ਸਾਈਡ ਇਫੈਕਟ ਨਹੀਂ ਆਊਗਾ। ਕੁਝ ਕਹਿਣਾ ਚਾਹੁੰਦੇ ਹੋ? ਨਹੀਂ, ਮੈਂ ਤਾਂ ਇਹ ਕਹੂੰਗਾ ਵੀ ਜਦੋਂ ਤੁਹਾਨੂੰ ਕਿਸੇ ਨੂੰ ਲੀਵਰ ਦੀ ਪ੍ਰੋਬਲਮ ਆ ਰਹੀ ਹੈ ਤੇ ਲਾਗੇ ਤੁਸੀਂ ਆਪਣੇ ਹੋਮਿਓਪੈਥਿਕ ਡਾਕਟਰ ਨੂੰ ਜ਼ਰੂਰ ਮਿਲੋ। ਹੋਮਿਓਪੈਥੀ ਇਹਦੇ ਵਿੱਚ ਇਹਦਾ ਬਹੁਤ ਵਧੀਆ ਇਲਾਜ ਹੈਗਾ, ਜੇ ਸਾਰੇ ਲੋਕੀ ਇਸ ਚੀਜ਼ ਨੂੰ ਅਵੇਅਰ ਹੋਵੋ, ਸਮਝੋ ਇਹ ਕੋਈ ਕਹਿੰਦੀ ਆ ਸਲੋ ਐਪੈਥੀ ਏਦਾਂ ਓਦਾਂ, ਕੋਈ ਸਲੋ ਪੈਥੀ ਨਹੀਂ ਗੀ ਭਾਜੀ, ਅੱਜ ਤੁਸੀਂ ਦਵਾਈ ਕਰੋ ਤੁਹਾਨੂੰ ਹਫ਼ਤੇ ਦੇ ਵਿੱਚ ਦਾਂਤਾਂ ਦੇ ਵਿੱਚ ਰਿਜ਼ਲਟ ਸ਼ੁਰੂ ਹੋ ਜਾਊਗਾ, ਏਡੀ ਵੱਡੀ ਕੋਈ ਪ੍ਰੋਬਲਮ ਨਹੀਂ ਹੁੰਦੀ, ਸਾਰੀਆਂ ਚੀਜ਼ਾਂ ਹੋਮਿਓਪੈਥੀ ਦੇ ਵਿੱਚ ਕਵਰ ਹੋ ਸਕਦੀਆਂ ਜੀ। ਧੰਨਵਾਦ ਡਾਕਟਰ ਸਾਹਿਬ। ਠੀਕ ਹੈ।